biggest South Asian media group, Y Media. ਏਰੀਆ ਦੀ ਰੀਅਲ ਸਟੇਟ ਮਾਰਕੀਟ ਜਾਂ ਹੋਰ ਸ਼ਹਿਰਾਂ ਦੀ ਰੀਅਲ ਸਟੇਟ ਮਾਰਕੀਟ ਕਿੱਦਾਂ ਚੱਲ ਰਹੀ ਹੈ, ਇਹਦੇ ਬਾਰੇ RBC ਵੱਲੋਂ ਉਹਨਾਂ ਦੇ ਜਿਹੜੇ ਅਸਿਸਟੈਂਟ ਚੀਫ ਇਕਨੋਮਿਸਟ ਨੇ ਰਾਬਰਟ ਹੋਕ, ਉਹਨਾਂ ਨੇ ਹਾਲ ਹੀ ਦੇ ਵਿਚ ਇਕ ਪੋਸਟ ਦੇ ਵਿਚ ਦਸਿਆ ਹੈਗਾ ਕਿ ਜਿਹੜੀ ਬਹੁਤ ਜ਼ਿਆਦਾ ਰੀਅਲ ਸਟੇਟ ਮਾਰਕੀਟ ਦੇ ਵਿਚ ਕੋਈ ਖਾਸਾ ਫਰਕ ਨਹੀਂ ਆਇਆ, ਕੋਈ ਹਲਕੀ ਜਿਹੀ ਹਲਚਲ ਹੋਈ ਹੋਏਗੀ ਪਰ ਉਸ ਤੋਂ ਜ਼ਿਆਦਾ ਕੁਝ ਨਹੀਂ ਹੋਇਆ। ਹਾਲਾਂਕਿ ਲਗਾਤਾਰ ਬੈਂਕ ਆਫ ਕੈਨੇਡਾ ਜਿਹੜੇ ਆਪਣੇ ਇੰਟਰਸਟ ਰੇਟ ਜਿਹੜਾ ਤੀਸਰੀ ਵਾਰ ਉਨ੍ਹਾਂ ਨੇ ਕਟੌਤੀ ਕੀਤੀ ਹੈ। ਓਵਰਨਾਈਟ ਲੈਂਡਿੰਗ ਰੇਟ ਬੈਂਕ ਆਫ ਕੈਨੇਡਾ ਦਾ 5% ਸੀਗਾ, ਫਿਰ 5 ਤੋਂ ਘਟਾ ਕੇ 4.75 4.5 ਔਰ ਹੁਣ ਜਿਹੜਾ ਹਾਲ ਹੀ ਦੇ ਵਿਚ ਅਨਾਊਂਸ ਕੀਤਾ ਗਿਆ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕਲਮ ਹੋਣਾ ਵੱਲੋਂ, ਇਸ ਵੇਲੇ 4.25% ਜਿਹੜਾ ਇੰਟਰਸਟ ਰੇਟ ਆ ਗਿਆ ਹੈਗਾ। ਲੇਕਿਨ RBC ਨੇ ਆਪਣੀ ਰਿਪੋਰਟ ਦੇ ਵਿਚ ਦਸਿਆ, ਉਨ੍ਹਾਂ ਨੇ ਕਿਹਾ ਕਿ ਤੁਸੀਂ ਕਿਸੇ ਵੀ ਸ਼ਹਿਰ ਦੇ ਵਿਚ ਦੇਖ ਲਓ, ਕੈਲਗਰੀ, ਐਡਮਿੰਟਨ, ਟੋਰੋਂਟੋ, ਮੌਂਟਰੀਅਲ, ਵੈਨਕੂਵਰ, ਰੀਅਲ ਸਟੇਟ ਦੇ ਵਿਚ ਕੋਈ ਹਲਚਲ ਨਹੀਂ ਹੋਈ। ਗ੍ਰੇਟਰ ਟੋਰੋਂਟੋ ਏਰੀਆ ਦੇ ਨੰਬਰ ਸ਼ੇਅਰ ਕਰਦੇ ਹਾਂ, ਜਿੱਥੇ ਰਾਬਰਟ ਹੋਕ ਨੇ ਦਸਿਆ ਹੈਗਾ ਕਿ ਗ੍ਰੇਟਰ ਟੋਰੋਂਟੋ ਏਰੀਆ ਦੇ ਵਿਚ ਇਸ ਸਾਲ ਜੁਲਾਈ ਦੇ ਵਿਚ 62,000 ਸੇਲਸ ਹੋਈਆਂ ਨੇ। ਸੋ ਉਹ ਕਹਿੰਦੇ ਜੇ ਬਿਲਕੁਲ ਸੇਮ ਹੈ ਜੋ 2022 ਜਾਂ 2023 ਚ ਹੋਇਆ, ਅਗਸਤ ਦੇ ਨੰਬਰ ਚੱਕ ਲਓ ਚਾਹੇ ਜੁਲਾਈ ਤੋਂ ਬਾਅਦ, 63,000 ਸੇਲਸ ਹੋਈਆਂ ਨੇ, ਇਹ ਬਿਲਕੁਲ ਸੇਮ ਹੈ ਜੋ 2022 ਔਰ 2023 ਚ ਹੋਇਆ, ਤਾਂ ਨੰਬਰ ਦੇ ਵਿਚ ਕੋਈ ਫਰਕ ਜਿਹੜਾ ਉਹ ਨਹੀਂ ਹੋਇਆ। ਅਸੀਂ ਦੱਸੀਏ ਕਿ ਜਿੱਥੇ ਹੁਣ 62,000-63,000 ਸੇਲਸ ਹੋ ਰਹੀਆਂ, ਜੇ ਅਸੀਂ ਚਲੇ ਜਾਈਏ ਮਾਰਚ 2021 ਜਦੋਂ ਪੀਕ ਦੇ ਉੱਤੇ ਸੀਗਾ, ਤੇ ਮਾਰਚ 2021 ਦੇ ਵਿਚ ਇੱਕ ਮਹੀਨੇ ਦੇ ਵਿਚ GTA ਦੀ ਜੇ ਅਸੀਂ ਗੱਲ ਕਰੀਏ ਗ੍ਰੇਟਰ ਟੋਰੋਂਟੋ ਏਰੀਆ ਦੇ ਵਿਚ, ਜਿੱਥੇ ਅੱਜ 60,000-62,000 ਸੇਲ ਹੋ ਰਹੀ ਹੈ, ਇਸ ਤੋਂ ਦੁੱਗਣੇ ਤੋਂ ਵੀ ਜ਼ਿਆਦਾ 1,43,000 ਸੇਲਸ ਹੋਈਆਂ ਸੀ ਮਾਰਚ 2021 ਦੇ ਵਿਚ। ਸੋ ਜਿਹਦੇ ਕਾਰਨ ਤੁਹਾਨੂੰ ਦੱਸਿਆ ਕਿ ਜੀ ਕੋਈ ਜ਼ਿਆਦਾ ਨਹੀਂ ਹੈ। ਅਸੀਂ ਇੱਥੇ ਦੱਸ ਦਈਏ ਕਿ ਘਰਾਂ ਦੀ ਕੀਮਤ ਵੀ ਕੋਈ ਜ਼ਿਆਦਾ ਫਰਕ ਨਹੀਂ ਹੈ। ਇਸ ਵੇਲੇ ਐਵਰੇਜ ਪ੍ਰਾਈਸ ਗ੍ਰੇਟਰ ਟੋਰੋਂਟੋ ਏਰੀਆ ਦੇ ਵਿਚ 1,90,000 ਹੈ। ਹਾਲਾਂਕਿ ਉਨ੍ਹਾਂ ਨੇ ਮਿਸਟਰ ਹੋਗ ਨੇ ਇਹ ਵੀ ਕਿਹਾ ਹੈ ਕਿ ਹਜੇ ਵੀ ਜਿਹੜੇ ਲੋਕ ਘਰ ਖਰੀਦਣਾ ਚਾਹੁੰਦੇ ਨੇ, ਹੁਣ ਜਦੋਂ ਐਵਰੇਜ ਪ੍ਰਾਈਸ ਦੀ 1,90,000 ਹੈ, ਤਾਂ ਆਮ ਲੋਕਾਂ ਦੀ ਅਫੋਰਡੇਬਿਲਟੀ ਤੋਂ ਅੱਜ ਵੀ ਇਹ ਬਾਹਰ ਹੈ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, Y Media।